ਸਤ ਸ੍ਰੀ ਅਕਾਲ ਸਾਰਿਆਂ ਨੂੰ ਮਾਸਟਰ ਕੈਡਰ ਯੂਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ ਈਟੀਟੀ 2364 ਭਰਤੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਰਕਾਰ ਵੱਲੋਂ ਰੱਦ ਕਰ ਦਿੱਤੀ ਗਈ ਸੀ ਤਾਂ ਉਸ ਦੀ ਬਹਾਲੀ ਲਈ ਜੋ ਹਾਈ ਕੋਰਟ ਦੇ ਵਿੱਚ ਇੱਕ ਕੋਰਟ ਕੇਸ ਚੱਲ ਰਿਹਾ ਹੈ ਤਾਂ ਉਸ ਕੋਰਟ ਕੇਸ ਦੀ ਅੱਜ ਜਿਹੜੀ ਸੁਣਵਾਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 29 April ਨੂੰ ਕੋਰਟ ਕੇਸ ਦੀ ਹਾਇਰਿੰਗ ਸੀਗੀ ਈਟੀਟੀ 2364 ਭਰਤੀ ਦੀ ਤਾਂ ਉਹਦੀ ਅਪਡੇਟ ਜਦੋਂ ਵੀ ਇਹਦੇ ਤੇ ਸੁਣਵਾਈ ਤੇ ਕੋਈ ਅਪਡੇਟ ਆਉਂਦੀ ਹੈ ਕੋਈ ਕੀ ਕੋਈ ਨੈਕਸਟ ਤਰੀਕ ਮਿਲਦੀ ਹੈ ਜਾਂ ਕੋਈ ਜੱਜ ਸਾਹਿਬ ਵੱਲੋਂ ਫੈਸਲਾ ਸੁਣਾਇਆ ਜਾਂਦਾ ਹੈ ਕੀ ਅੱਜ ਦੇ ਕੋਰਟ ਕੇਸ ਦੀ ਅਪਡੇਟ ਰਹੂਗੀ ਜਾਂ ਕੀ ਉੱਥੇ ਗੱਲਬਾਤ ਹੋਈ ਜੱਜ ਸਾਹਿਬ ਨੇ ਕੀ ਕਿਹਾ ਇਹ ਸਾਰੀ ਅਪਡੇਟ ਆਪਾਂ ਤੁਹਾਨੂੰ ਵੀਡੀਓ ਪਾ ਕੇ ਜਦੋਂ ਵੀ ਕੋਈ ਫੈਸਲਾ ਆਉਂਦਾ ਹੈ ਸਾਂਝੀ ਕਰ ਦਾਂਗੇ ਤੁਸੀਂ ਮਾਸਟਰ ਕਿਡਰ ਯੂਨੀਅਨ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਥੇ ਤੁਹਾਨੂੰ 8823649594635 ਦੀ ਹਰ ਇੱਕ ਛੋਟੀ ਵੱਡੀ ਅਪਡੇਟ ਮਿਲਦੀ ਹੈ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਅੱਜ ਕੋਰਟ ਕੇਸ ਦੀ ਕੋਈ ਵੀ ਅਪਡੇਟ ਆਉਂਦੀ ਹੈ ਤਾਂ ਆਪਾਂ ਵੀਡੀਓ ਪਾ ਕੇ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ ਕਿਉਂਕਿ ਤਕਰੀਬਨ 2 ਕੁ ਘੰਟਿਆਂ ਦੇ ਵਿੱਚ ਸਾਰੀ ਗੱਲ ਕਲੀਅਰ ਹੋ ਜੂਗੀ ਕਿ ਆਪਾਂ ਨੂੰ ਨੈਕਸਟ ਡੇਟ ਮਿਲਦੀ ਹੈ ਜਾਂ ਕੋਈ ਫੈਸਲਾ ਹੁੰਦਾ ਹੈ ਹਾਲਾਂਕਿ ਫੈਸਲਾ ਆਉਣ ਦੇ ਬਿਲਕੁਲ ਨੇੜੇ ਹੈ ਜਿਹੜਾ ਹੁਣ ਆਪਣਾ ਕੇਸ ਹੈ ਤੇ ਸੁਰਿੰਦਰਪਾਲ ਗੁਰਦਾਸਪੁਰ ਹੋਣਾ ਵੱਲੋਂ ਵੀ ਪੰਜਾਬ ਸਰਕਾਰ ਅੱਗੇ ਬੇਨਤੀ ਕੀਤੀ ਗਈ ਸੀ ਕਿ ਤੁਸੀਂ ਏਜੀ ਦੀ ਡਿਊਟੀ ਲਾਓ ਤਾਂ ਕਿ ਉਹ ਆਪਣੀ ਜਿਹੜੀ ਗੱਲਬਾਤ ਹੈ ਉਹ ਵਧੀਆ ਤਰੀਕੇ ਨਾਲ ਕਰਨ ਤੇ ਕੇਸ ਦਾ ਜਿਹੜਾ ਫੈਸਲਾ ਉਹ ਆਪਣੇ ਹੱਕ ਦੇ ਵਿੱਚ ਆਵੇ ਫਿਲਹਾਲ ਇਹੀ ਅਪਡੇਟ ਸੀ ਕਿ ਅੱਜ ਦੀ ਜਿਹੜੀ ਕੋਰਟ ਕੇਸ ਹੈ ਦੀ ਸੁਣਵਾਈ ਹੈ ਉਹ ਥੋੜੇ ਟਾਈਮ ਦੇ ਵਿੱਚ ਹੋ ਜੂਗੀ ਤੁਸੀਂ ਚੈਨਲ ਤੇ ਬਨੇ ਰਹੋ ਜਦੋਂ ਵੀ ਇਹਦੇ ਸਬੰਧ ਦੇ ਵਿੱਚ ਕੋਈ ਵੀ ਇਨਫੋਰਮੇਸ਼ਨ ਆਉਂਦੀ ਆਪਾਂ ਵੀਡੀਓ ਪਾ ਕੇ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਸਬਸਕ੍ਰਾਈਬ ਕਰਕੇ ਚੈਨਲ ਨੂੰ ਬੈਲ ਆਈਕਨ ਬਟਨ ਪ੍ਰੈਸ ਕਰ ਦਿਓ ਤੇ ਜੁੜੇ ਰਹੋ ਸਾਡੇ ਨਾਲ ਵੀਡੀਓ ਵੱਤਵਾ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ